ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮਹਿੰਦਰ ਜੀ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਇਹ ਆਪਣੀ ਵੀਡੀਓ ਹੁੰਦੀ ਹੈ ਕਿ ਆਊ ਇੰਨੀ ਇੰਨੀ ਕੁਐਸਚਨ ਅਤੇ ਆਂਸਰ। ਤੁਸੀਂ ਕਮੈਂਟ ਦੇ ਰੂਪ ਵਿੱਚ ਮੈਨੂੰ ਸਵਾਲ ਕਰਦੇ ਹੋ ਤਾਂ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਤੁਸੀਂ ਕੋਈ ਵੀ ਸਵਾਲ ਮੈਨੂੰ ਪੁੱਛ ਸਕਦੇ ਹੋ। ਤੁਹਾਡੇ ਦਿਮਾਗ 'ਚ ਕੋਈ ਡਾਊਟ ਹੈਗਾ, ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਫਾਈਲ ਅਪਲਾਈ ਬਾਰੇ, ਪ੍ਰੋਸੈਸਿੰਗ ਟਾਈਮ ਬਾਰੇ, ਵੀਜ਼ਾ ਬਾਰੇ, ਤੁਸੀਂ ਮੇਰੀ ਕਿਸੇ ਵੀਡੀਓ 'ਤੇ ਕਮੈਂਟ ਕਰੋਗੇ, ਮੈਂ ਤੁਹਾਨੂੰ ਇਸ ਵੀਡੀਓ ਵਿੱਚ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦਊਂਗਾ। ਔਰ ਅਸੀਂ ਕਿਆ ਬੰਨੇ ਦੇ ਨਾਲ ਤੁਹਾਨੂੰ ਅਪਡੇਟ ਵੀ ਡੇਲੀ ਦਿੰਦੇ ਹੁੰਦੇ ਹਾਂ ਕਿ ਕਿੰਨਾ ਟਾਈਮ ਜਿਹੜਾ ਐਜ਼ ਪਰ ਅੰਬੈਸੀ ਟੂਰਿਸਟ ਵੀਜ਼ਾ ਵਾਸਤੇ ਕੈਨੇਡਾ 190 ਦਿਨ ਲੈ ਰਿਹਾ ਹੈਗਾ, ਔਰ ਵਰਕ ਪਰਮਿਟ ਵਾਸਤੇ ਜਿਹੜਾ 35 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ, ਅਤੇ ਸਟੱਡੀ ਵੀਜ਼ਾ ਵਾਸਤੇ 15 ਵੀਕ ਦਾ ਟਾਈਮ ਹੈ, ਔਰ ਜਿਹੜਾ UK ਹੈ 45 ਤੋਂ 55 ਦਿਨਾਂ ਦਾ ਵਰਕਿੰਗ ਟਾਈਮ ਜਿਹੜਾ ਹੈਗਾ ਉਹ ਲੈ ਰਿਹਾ ਹੈਗਾ। ਸੋ ਇਹ ਦੋਸਤੋ ਪ੍ਰੋਸੈਸ ਸੀ, ਪਰ ਕੈਨੇਡਾ ਟਾਈਮ ਭਾਵੇਂ ਜਾਣ ਦਿਖਾ ਰਿਹਾ, ਪਰ 1 ਮਹੀਨੇ ਦੇ ਵਿੱਚ ਵੀ ਜਿਹੜਾ ਹੈਗਾ ਵੀਜ਼ਾ ਉਹ ਆ ਰਿਹਾ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਆ ਹੋਊ ਇੰਨੀ। ਮੇਨ ਕਾਂਤਾ PS ਲਿਖਦੇ ਨੇ ਸਰ, ਅਪਲਾਈ ਔਨ March 1, 2021 ਟੂਰਿਸਟ ਵੀਜ਼ਾ, ਵੈਨ ਕੈਨ ਐਕਸੈਪਟ PPR ਪਲੀਜ਼। ਮਾਰਚ ਦੇ ਵਿੱਚ ਕੀਤਾ ਹੋਇਆ ਜੀ। ਦੇਖੋ, ਮੈਂ ਸਾਰਿਆਂ ਨੂੰ ਇੱਕ ਰਿਪਲਾਈ ਦੇਣਾ ਚਾਹੁੰਦਾ ਕਿ IRCC ਨੇ ਗੱਲ ਕਲੀਅਰ ਕਰ ਦਿੱਤੀ ਹੈਗੀ ਹੈ ਕਿ ਅਸੀਂ ਦਸੰਬਰ ਤੱਕ ਮੈਕਸੀਮਮ ਜਿਹੜੀ ਐਪਲੀਕੇਸ਼ਨ ਪੈਂਡਿੰਗ ਪਈ ਨੇ ਉਹਨਾਂ ਨੂੰ ਨਿਬੇੜ ਦੇਣਾ। ਸੋ ਦਸੰਬਰ ਤੱਕ ਤੁਹਾਡਾ ਰਿਜ਼ਲਟ ਜਿਹੜਾ ਤੁਹਾਨੂੰ ਉਹ ਮਿਲ ਸਕਦਾ ਹੈਗਾ। ਅਗਲਾ ਕਮੈਂਟ ਹੈ ਜੀ ਮੰਨੂ ਬਾਬੂ ਲਿਖਦੇ ਨੇ, 10th ਪਾਸਡ ਐਨੀ ਚਾਂਸ ਇਨ ਕੈਨੇਡਾ CA। ਦੇਖੋ ਜੀ, ਜੇ ਤੁਸੀਂ 10th ਪਾਸ ਹੋ ਅਤੇ ਕੈਨੇਡਾ ਦਾ ਵਰਕ ਪਰਮਿਟ ਬਾਰੇ ਸੋਚਦੇ ਹੋ, ਪੋਸੀਬਲ ਨਹੀਂ ਹੈਗਾ। ਉੱਥੇ ਜਾ ਕੇ ਵੀ ਦਿੱਕਤ ਤੁਹਾਨੂੰ ਆਏਗੀ। ਕਿਉਂ? ਕਿਉਂਕਿ 10th ਪਾਸ ਬੰਦਾ ਜਿਹੜਾ ਹੈਗਾ ਉਹ IELTS ਨਹੀਂ ਕਰ ਸਕਦਾ, ਅਤੇ PR ਵਾਸਤੇ IELTS ਦੀ ਜ਼ਰੂਰਤ ਹੁੰਦੀ ਹੈ। ਭਾਵੇਂ ਕਿ 10th ਪਾਸ ਤੁਸੀਂ ਵਰਕ ਪਰਮਿਟ ਵਾਸਤੇ, ਐਗਰੀਕਲਚਰ ਵਰਕ ਪਰਮਿਟ ਵਾਸਤੇ ਕਰ ਸਕਦੇ ਹੋ, ਪਰ ਅਸੀਂ ਸੁਜੈਸਟ ਨਹੀਂ ਕਰਦੇ ਕਿ ਕੋਈ 10th ਪਾਸ ਅਪਲਾਈ ਕਰੇ, ਕਿਉਂਕਿ ਇਕੱਲਾ ਵੀਜ਼ਾ ਲੈਣਾ ਹੀ ਮਕਸਦ ਨਹੀਂ ਹੁੰਦਾ। ਕੱਲ੍ਹ ਨੂੰ ਤੁਸੀਂ ਸੈਟਲਮੈਂਟ ਵੀ ਕਰਨੀ ਹੈ, ਉੱਥੇ ਜਾ ਕੇ ਆਪਣੀ PR ਵੀ ਲਾਉਣੀ ਹੈ, ਉਸ ਟਾਈਮ ਤੁਹਾਨੂੰ ਦਿੱਕਤ ਆ ਜਾਂਦੀ ਹੈ। ਸੋ ਘੱਟੋ ਘੱਟ ਜੇ ਤੁਸੀਂ +2 ਹੋਵੋ ਤਾਂ ਬਹੁਤ ਵਧੀਆ ਗੱਲ ਹੈ। ਅਗਲਾ ਕਮੈਂਟ ਹੈ ਜੀ ਮਨਵੀਰ ਬਰੈਜ ਦਾ। ਮਨਵੀਰ ਬਰੈਜ ਲਿਖਦੇ ਨੇ, ਸਰ ਜੀ ਮੇਰੇ ਵਾਈਫ 8th ਕਲਾਸ ਪਾਸ ਹੈ, ਮਹਿੰਦਰਾ ਟਰੈਕਟਰ ਫੈਕਟਰੀ ਵਿੱਚ ਸਟੋਰ ਕੀਪਰ ਹੈਗੇ ਹੈ ਜੀ, 15,000 ਰੁਪਏ ਸੈਲਰੀ ਅਕਾਊਂਟ ਵਿੱਚ ਆਉਂਦੀ ਹੈ ਜੀ। ਸਰ ਜੀ ਅਗਰ ਪਰ ਮੰਥ 25,000 ਅਕਾਊਂਟ ਵਿੱਚ ਸੈਂਡ ਕਰ ਸਕਦਾ ਹੈ ਏਜੰਸੀ ਵੱਲੋਂ? ਵੀਰ ਜੀ ਦੱਸਿਓ ਕਿ ਮੈਂ ਵਾਈਫ ਦੀ ITR ਦੇ ਸਾਡਾ ਕਿੰਨੀ, ਵੀਰ ਜੀ ਅੱਛਾ ਤੁਸੀਂ ਜਿੰਨੀ ਮਰਜ਼ੀ ITR ਦਾ ਜਿੰਨੀ ਵੱਧ ਭਰੋਂਗੇ ਉਨਾ ਫਾਇਦਾ ਹੀ ਹੈ, ਪਰ ਉਹਦੇ ਮੁਤਾਬਕ ਤੁਹਾਨੂੰ ਇਨਕਮ ਵੀ ਹੋਣੀ ਚਾਹੀਦੀ। ਜੇ ਹੁਣ ਤੁਹਾਡੀ 15,000 ਦੀ ਸੈਲਰੀ ਹੈ, ਫਿਰ ਤੁਸੀਂ 15,000 ਦੇ ਹਿਸਾਬ ਨਾਲ ITR ਭਰ ਸਕਦੇ ਹੋ ਨਾ। 25 ਕਰਾ ਲਓ, 30,000 ਕਰਵਾ ਲਓ, ਔਰ ਤੁਸੀਂ ਜਿਹੜਾ ਹੈਗਾ ਹੋਰ ਪਾਸਿਓਂ ਵੀ ਇਨਕਮ ਦਿਖਾ ਸਕਦੇ ਹੋ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਵੀ ਰਿਜੈਕਸ਼ਨ ਆ ਜਾਂਦੀ ਹੈ ਕਿ ਤੁਹਾਡੀ ਇਨਕਮ ਤਾਂ ਘੱਟ ਆ ਰਹੀ ਹੈ ਅਤੇ ਤੁਸੀਂ ਸ਼ੋਅ ਜ਼ਿਆਦਾ ਕਰ ਰਹੇ ਹੋ। ਸੋ ਜੇ ਤੁਸੀਂ ਇਨਕਮ ਦਿਖਾਉਂਦੇ ਹੋ ਤਾਂ ਇਨਕਮ ਦਾ ਸੋਰਸ ਵੀ ਕੋਈ ਨਾ ਕੋਈ ਹੋਣਾ ਚਾਹੀਦਾ। ਸੋ ਤੁਸੀਂ ਆਪਦੀ ਇਨਕਮ ਨੂੰ ਜਿਹੜੀ ਵਧਾਓ ਅਤੇ ਫਿਰ ਆਪਦਾ ITR ਭਰ ਲਿਓ, ਫਿਰ ਵਧੀਆ ਹੁੰਦਾ ਹੈਗਾ, ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ। ਨਸੀਬ ਸਿੰਘ ਲਿਖਦੇ ਨੇ, ਸਰ ਆਪ ਵੀਜ਼ਾ ਲਗਾਤੇ ਹੋ? ਬਿਲਕੁਲ ਜੀ, ਅਸੀਂ ਵੀਜ਼ੇ ਦਾ ਹੀ ਕੰਮ ਕਰਦੇ ਹਾਂ ਜੀ। ਤੁਸੀਂ ਸਾਨੂੰ ਵੀ ਮਿਲ ਸਕਦੇ ਹੋ, ਆਪਦਾ ਕੇਸ ਡਿਸਕਸ ਕਰਕੇ ਆਪਦੀ ਫਾਈਲ ਜਿਹੜੀ ਹੈਗੀ ਹੈ ਉਹ ਸਾਡੇ ਥਰੂ ਅਪਲਾਈ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਨਜ਼ੀਰ ਅਹਿਮਦ ਦਾ। ਨਜ਼ੀਰ ਅਹਿਮਦ ਲਿਖਦੇ ਨੇ, ਸਰ ਆਈ ਹੈਵ ਬਿਨ ਡਰਾਈਵਿੰਗ ਇਨ UAE ਟੂ ਦਾ ਪਾਸਟ 10 ਈਅਰ, ਸੋ ਆਈ ਵਾਂਟ ਟੂ ਮੂਵ ਟੂ ਕੈਨੇਡਾ। ਨਜ਼ੀਰ ਅਹਿਮਦ ਜੀ, ਦੇਖੀਏ, ਜਦੀ ਤੁਸੀਂ ਐਜ਼ ਏ ਟਰੱਕ ਡਰਾਈਵਰ ਹੀ ਮੂਵ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ IELTS ਜ਼ਰੂਰ ਚਾਹੀਦਾ ਹੈਗਾ, +2 ਤੁਹਾਡੀ ਕੁਆਲੀਫਿਕੇਸ਼ਨ ਹੋਵੇ ਅਤੇ IELTS ਦੇ ਵੀ 5.5 ਬੈਂਡ ਹੋਣ, ਫਿਰ ਤੁਸੀਂ ਕਰ ਸਕਦੇ ਹੋ। ਅਦਰਵਾਈਜ਼ ਟੂਰਿਸਟ ਵੀਜ਼ਾ ਅਪਲਾਈ ਕਰਕੇ ਦੇਖ ਲਓ, ਟੂਰਿਸਟ ਵੀਜ਼ਾ ਵੀ ਦੁਬਈ ਤੋਂ ਜਿਹੜਾ ਹੈਗਾ ਉਹ ਲੱਗ ਜਾਂਦਾ ਹੈਗਾ। ਨੋਪੇ ਗੇਮਰ ਲਿਖਦੇ ਨੇ, ਸਰ ਮੈਂ ਜਗਜੀਤ ਸਿੰਘ ਸੰਧੂ, ਮੈਂ ਗੌਰਮੈਂਟ ਜੋਬ ਕਰ ਰਿਹਾ ਜੀ, ਮੈਨੂੰ ਕੈਨੇਡਾ ਦਾ ਵਰਕ ਵੀਜ਼ਾ ਮਿਲ ਸਕਦਾ ਹੈ? ਕਿੰਨਾ ਖਰਚਾ ਆ ਸਕਦਾ? ਪਲੀਜ਼ ਸਰ ਅਪਲਾਈ ਮੀ। ਸਰ ਗੌਰਮੈਂਟ ਜੋਬ ਕਰ ਰਹੇ ਹੋ, ਵੀਜ਼ਾ ਮਿਲ ਸਕਦਾ ਹੈ, ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਫੀਲਡ 'ਚ ਹੈਗੇ ਹੋ ਅਤੇ ਕਿੰਨਾ ਤੁਹਾਨੂੰ ਐਕਸਪੀਰੀਅੰਸ ਹੈ। ਜਿਹੜਾ ਵਰਕ ਵੀਜ਼ਾ ਹੁੰਦਾ ਦੋਸਤੋ ਉਹ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ, ਯਾਨੀ ਕਿ ਤੁਸੀਂ ਕੰਮ ਕੀ ਕਰਦੇ ਹੋ। ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਤੁਹਾਨੂੰ 3 ਤੋਂ 5 ਸਾਲ ਦਾ ਤਜਰਬਾ ਹੋਵੇ ਅਤੇ IELTS ਕੀਤਾ ਹੋਵੇ, ਫਿਰ ਤੁਸੀਂ ਬੀ ਕੈਟਾਗਰੀ ਦੇ ਨਾਲ ਵਿਦ ਫੈਮਿਲੀ ਜਿਹੜਾ ਹੈਗਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਜੇ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਫਿਰ ਤਾਂ ਤੁਸੀਂ ਗੌਰਮੈਂਟ ਜੋਬ ਕਰਦੇ ਹੋ ਜਾਂ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਤਾਂ ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈ। ਅਗਲਾ ਕਮੈਂਟ ਹੈ ਜੀ ਪੰਜਾਬੀ ਐਂਡ ਦਾ, ਲਿਖਦੇ ਨੇ ਮਾਈ ਨੇਮ ਇਜ਼ ਜੈਲ ਸਿੰਘ, ਸਰ ITR ਫਾਈਲ ਕਰਨ ਤੋਂ ਕਿੰਨੀ ਦੇਰ ਬਾਅਦ ਵੀਜ਼ਾ ਅਪਲਾਈ ਕਰ ਸਕਦੇ ਹਾਂ ਜੀ? ਇਹ ਕੋਈ
ਕੋਈ ਥੋੜ੍ਹੇ ਤੋਂ ਬੰਦਿਸ਼ ਨਹੀਂ ਹੁੰਦੀ ਕਿ ਕਿੰਨੇ ਟਾਈਮ ਬਾਅਦ ਕਰਨਾ, ਤੁਸੀਂ ਅੱਜ ਅਪਲਾਈ ਆਈ ਟੀ ਆਰ ਭਰ ਕੇ ਦੂਜੇ ਦਿਨ ਵੀ ਅਪਲਾਈ ਕਰ ਸਕਦੇ ਹੋ। ਹਾਂ, ਇਸ ਤੋਂ ਪਹਿਲਾਂ ਵੀ ਤੁਹਾਡੀਆਂ ਆਈ ਟੀ ਆਰ ਭਰੀਆਂ ਹੋਣੀਆਂ ਚਾਹੀਦੀਆਂ ਨੇ। ਜੇ ਤੁਸੀਂ ਰੈਗੂਲਰ ਆਈ ਟੀ ਆਰ ਭਰਦੇ ਆ ਰਹੇ ਹੋ ਅਤੇ ਹੁਣ ਆਈ ਟੀ ਆਰ ਭਰ ਕੇ ਤਾਂ ਤੁਸੀਂ ਦੂਜੇ ਦਿਨ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਨਵੀਂ ਆਈ ਟੀ ਆਰ ਭਰੀ ਹੈ, ਪਹਿਲਾਂ ਕਦੇ ਨਹੀਂ ਭਰੀ, ਫਿਰ ਥੋੜ੍ਹਾ ਵੇਟ ਜਿਹੜਾ ਹੈਗਾ ਉਹ ਕਰ ਲੈਣਾ ਚਾਹੀਦਾ ਹੈ। ਰਾਜਕੁਮਾਰ ਦਾ ਅਗਲਾ ਕਮੈਂਟ ਹੈ, ਸਰ ਆਈ ਹੈਵ ਨੋਟ ਸਟਿਲ ਰਿਸੀਵਡ ਐਨੀ ਮੇਲ ਫਰੋਮ ਯੂ ਕੇ ਅੰਬੈਸੀ। ਜੇ ਅੰਬੈਸੀ ਤੋਂ ਮੇਲ ਰਿਸੀਵ ਨਹੀਂ ਕੀਤੀ, ਫਿਰ ਤੁਹਾਨੂੰ ਜੀ ਵੇਟ ਕਰਨੀ ਪੈਣੀ ਹੈ, ਅਤੇ ਤਾਂ ਹੀ ਤੁਹਾਡਾ ਵੀਜ਼ਾ ਜਿਹੜਾ ਹੈਗਾ ਆ ਸਕਦਾ ਹੈ। ਕਾਰਨ ਕੀ ਹੈ ਕਿ ਯੂ ਕੇ ਅੰਬੈਸੀ ਇਸ ਟਾਈਮ ਜਿਹੜਾ ਦੋਸਤੋ 45 ਤੋਂ 55 ਦਿਨਾਂ ਦਾ ਟਾਈਮ ਲੈ ਰਹੀ ਹੈਗੀ ਹੈ। ਸੋ ਜੇਕਰ ਤੁਹਾਡੀ ਫਾਈਲ ਨੂੰ ਇੰਨਾ ਟਾਈਮ ਹੋ ਗਿਆ, ਫਿਰ ਤੁਸੀਂ ਯਾਨੀ ਕਿ ਵੀਜ਼ਾ ਲੈ ਸਕਦੇ ਹੋ, ਅਦਰਵਾਈਜ਼ ਤੁਹਾਨੂੰ ਵੇਟ ਕਰਨੀ ਪਏਗੀ। 45, 50, 55 ਦਿਨਾਂ ਦਾ ਟਾਈਮ ਅੰਬੈਸੀ ਜਿਹੜੀ ਹੈਗੀ ਹੈ ਉਹ ਲਾ ਰਹੀ ਹੈ। ਅਗਲਾ ਕਮੈਂਟ ਹੈ ਜੀ ਰਜਵਿੰਦਰ ਪੰਡੋਲ ਦਾ, ਲਿਖਦੇ ਨੇ ਆਈ ਅਪਲਾਈ ਫੋਰ ਸੁਪਰ ਵੀਜ਼ਾ ਫੋਰ ਪੇਰੈਂਟਸ ਇਨ ਨਵੰਬਰ 2020, ਬਾਇਓਮੈਟ੍ਰਿਕ ਆਰ ਡਨ ਇਨ ਸਤੰਬਰ 2021, ਵੈਨ ਕੈਨ ਆਈ ਗੈਟ ਐਨੀ ਅਪਡੇਟ, ਸ਼ੁੱਡ ਆਈ ਵਾਂਟ ਟੂ ਰੀਅਪਲਾਈ, ਪਲੀਜ਼ ਐਡਵਾਈਸ, ਥੈਂਕਸ। ਦੇਖੋ ਅਰਵਿੰਦਰ ਜੀ, ਗੱਲ ਇਹ ਹੈ ਕਿ ਤੁਸੀਂ ਵੀ ਜਿਹੜਾ ਆਈ ਆਰ ਸੀ ਸੀ ਦਾ ਵੈਬਿਨਾਰ ਹੋਇਆ ਸੁਣਿਆ ਹੋਏਗਾ, ਉਹਦੇ ਵਿੱਚ ਇੱਕ ਗੱਲ ਉਹਨੇ ਬਿਲਕੁਲ ਕਲੀਅਰ ਕੀਤੀ ਹੈ ਕਿ ਅਸੀਂ ਜਿਹੜੀ ਪੈਂਡੈਂਸੀ ਹੈ, ਜੋ ਬੈਕਲੋਗ ਫਾਈਲਾਂ ਦਾ ਹੈਗਾ ਟੂਰਿਸਟ ਵੀਜ਼ਾ ਆਲ ਓਵਰ ਵਰਲਡ ਤੋਂ ਕੈਨੇਡਾ ਵਾਸਤੇ 5 ਲੱਖ ਦੇ ਕਰੀਬ ਫਾਈਲਾਂ ਨੇ, ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਦਸੰਬਰ ਤੱਕ ਜਿਹੜਾ ਹੈਗਾ ਸਾਰਾ ਬੈਕਲੋਗ ਕਲੀਅਰ ਕਰਾਂਗੇ। ਸੋ ਦਸੰਬਰ ਤੱਕ ਜਿਹੜਾ ਹੋ ਸਕਦਾ, ਜੇ ਤੁਹਾਨੂੰ ਲੱਗਦਾ ਕਿ ਹੋਰ ਜਲਦੀ ਹੈ ਜਾਂ ਤਾਂ ਨਵੇਂ ਪੋਰਟਲ 'ਚ ਕਰ ਲਓ, ਉਹਦੇ 'ਚ ਟਾਈਮ ਜਿਹੜਾ ਹੈਗਾ ਉਹ ਨੈਚੁਰਲੀ ਘੱਟ ਲੱਗ ਰਿਹਾ ਹੈਗਾ। ਡਿਸਾਈਡ ਤੁਸੀਂ ਕਰਨਾ ਕਿ ਤੁਸੀਂ ਨਵੇਂ ਸਿਰੇ ਤੋਂ ਕਰਨਾ ਚਾਹੁੰਦੇ ਹੋ, ਵੇਟ ਕਰਨਾ ਚਾਹੁੰਦੇ ਹੋ। ਜੇ ਤਾਂ ਕੋਈ ਐਮਰਜੈਂਸੀ ਨਹੀਂ ਹੈਗੀ, ਵੇਟ ਕਰ ਲਓ। ਜੇ ਤੁਹਾਨੂੰ ਲੱਗਦਾ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, ਫਿਰ ਵਿਡਰਾ ਕਰਕੇ ਨਵੇਂ ਪੋਰਟਲ 'ਚ ਤੁਹਾਨੂੰ ਫਾਈਲ ਜਿਹੜੀ ਹੈਗੀ ਹੈ ਉਹ ਕਰ ਲੈਣੀ ਚਾਹੀਦੀ ਹੈ। ਅਗਲਾ ਕਮੈਂਟ ਹੈ ਜੀ ਰਿਸ਼ਾਵ ਅਗਰਵਾਲ ਦਾ, ਲਿਖਦੇ ਨੇ ਅਗਲਾ ਲਿਖਦੇ ਨੇ ਜੀ ਰੋਂਗ ਇਨਫੋਰਮੇਸ਼ਨ, ਯੂ ਐੱਸ ਏ ਹੈਜ਼ C1 ਟ੍ਰਾਂਜ਼ਿਟ ਵੀਜ਼ਾ ਨੋਟ B1 B2। ਦੇਖੀਏ ਬ੍ਰਦਰ, ਹਮਨੇ B1 B2 ਕੋਈ ਇਹ ਨਹੀਂ ਬੋਲਾ ਕਿ ਆਪਕਾ ਇਹ ਟ੍ਰਾਂਜ਼ਿਟ ਵੀਜ਼ਾ, B1 B2 ਕਾ ਮਤਲਬ ਆਪਕੋ 10 ਈਅਰ ਕਾ ਵੀਜ਼ਾ ਮਿਲੇਗਾ, ਔਰ ਯਦਿ ਆਪਕੇ ਪਾਸ B1 B2 ਵੀਜ਼ਾ ਹੈ ਤੋ ਆਪ ਉਸਕੋ ਟ੍ਰਾਂਜ਼ਿਟ ਸੇ ਜ਼ਿਆਦਾ ਵੀ ਯੂਜ਼ ਕਰ ਸਕਤੇ ਹੈ। ਯਦਿ ਆਪਕੀ ਕੈਪੇਬਿਲਿਟੀ ਟ੍ਰਾਂਜ਼ਿਟ ਵੀਜ਼ਾ ਕੀ ਹੈ, ਤਬ ਵੀ ਆਪ B1 B2 ਵੀਜ਼ਾ ਲੈ ਸਕਤੇ ਹੈ। ਤੋ ਇਸ ਲਈ ਹਮ ਇਹ ਸੁਜੈਸਟ ਕਰਤੇ ਹੈ ਕਿ C1 ਕੀ ਬਜਾਏ ਆਪ B1 B2 ਵੀਜ਼ਾ ਲਓ। B1 B2 ਕਾ ਯੇ ਬੈਨੀਫਿਟ ਹੈ ਕਿ ਆਪ ਜ਼ਿਆਦਾ ਟਾਈਮ ਵੀ US ਮੇ ਰੁਕ ਸਕਤੇ ਹੋ, 6 ਮੰਥ ਤੱਕ ਆਪ ਰੁਕ ਸਕਤੇ ਹੋ, ਔਰ 10 ਈਅਰ ਵੈਲਿਡਿਟੀ ਕਾ ਵੀਜ਼ਾ ਹੀ ਰਹਿਤਾ ਹੈ। 10 ਈਅਰ ਵੈਲਿਡਿਟੀ ਤੱਕ ਆਪ ਕਭੀ ਵੀ ਆ ਜਾ ਸਕਤੇ ਹੈ। B1 B2 ਕਾ ਬਿਜ਼ਨਸ ਪਲੱਸ ਪਲੇਜ਼ਰ, ਆਪ ਇਸਕੋ ਕਿਸੀ ਪਰਪਜ਼ ਕੇ ਲਈ ਯੂਜ਼ ਕਰ ਸਕਤੇ ਹੈ। ਆਪ ਇਸਕੋ ਟ੍ਰਾਂਜ਼ਿਟ ਕੇ ਲਈ ਵੀ ਯੂਜ਼ ਕਰ ਸਕਤੇ ਹੈ, ਬਿਜ਼ਨਸ ਕੇ ਲਈ ਵੀ ਯੂਜ਼ ਕਰ ਸਕਤੇ ਹੈ, ਔਰ ਟੂਰਿਸਟ ਕੇ ਲਈ ਵੀ ਯੂਜ਼ ਕਰ ਸਕਤੇ ਹੈ। ਤੋ B1 B2 ਜੋ ਬੈਸਟ ਹੈ C1 ਸੇ, ਠੀਕ ਹੈ। ਤੋ ਹਮ ਸਭੀ ਕੋ ਹੀ B1 B2 ਵੀਜ਼ਾ ਕੇ ਲਈ ਸੁਜੈਸਟ ਕਰਤੇ ਹੈ, ਔਰ B1 B2 ਵੀਜ਼ਾ ਹੀ ਦਿਲਵਾਤੇ ਹੈ। ਸਾਬੀ ਨਾਗਰਾ ਲਿਖਦੇ ਨੇ ਟੂਰਿਸਟ ਵੀਜ਼ਾ 'ਤੇ ਜਾ ਕੇ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੈ, ਬਿਲਕੁਲ ਕਰ ਸਕਦੇ ਹੋ ਜੀ। ਆਪਣੇ ਪੰਜਾਬ ਤੋਂ ਮੈਕਸੀਮਮ ਨੌਰਥ ਇੰਡੀਆ ਤੋਂ ਮੈਕਸੀਮਮ ਬੰਦੇ ਇੱਧਰੋਂ ਟੂਰਿਸਟ ਵੀਜ਼ੇ 'ਤੇ ਜਾਂਦੇ ਨੇ, ਅਤੇ ਉੱਥੇ ਜਾ ਕੇ ਹੀ ਆਪਣਾ ਜਿਹੜਾ ਵੀਜ਼ਾ ਉਹ ਕਨਵਰਟ ਹੁੰਦਾ ਹੈ। ਸੋ ਐਜ਼ ਪਰ ਆਪਾਂ ਜਿਹੜਾ ਇਹ ਸਾਰਾ ਐਜ਼ ਪਰ ਗੌਰਮੈਂਟ ਲਾਅ ਦੇ ਅੰਡਰ ਜਿਹੜਾ ਕਨਵਰਟ ਹੋ ਜਾਂਦਾ ਹੈ। ਇਹਦੇ 'ਚ ਹੁੰਦਾ ਕੀ ਹੈ ਕਿ ਜੋ ਤੁਹਾਡਾ ਪਿਛਲਾ ਐਕਸਪੀਰੀਅੰਸ ਹੈ ਉਹਦੇ ਮੁਤਾਬਕ ਕੋਈ ਇੰਪਲਾਇਰ ਤੁਹਾਨੂੰ ਜੋਬ ਔਫਰ ਕਰੇ, ਜੇ ਕੋਈ ਤੁਹਾਨੂੰ ਜੋਬ ਔਫਰ ਕਰਦਾ ਹੈ ਉੱਥੋਂ, ਤਾਂ ਤੁਹਾਡਾ ਵੀਜ਼ਾ ਜਿਹੜਾ ਹੈਗਾ ਉਹ ਕਨਵਰਟ ਹੋ ਜਾਂਦਾ ਹੈਗਾ। ਅਗਲਾ ਕਮੈਂਟ ਹੈ ਜੀ ਸੁਨੀਤਾ ਖੁਰਾਣਾ ਦਾ। ਸੁਨੀਤਾ ਖੁਰਾਣਾ ਲਿਖਦੇ ਨੇ ਸਰ PR ਦੀ ਫਾਈਲ ਦਾ ਦੱਸ ਦਿਓ, 2020 ਦੀ ਲੱਗੀ ਹੋਈ ਹੈ, ਕਦੋਂ ਤੱਕ ਮਿਲੇਗਾ ਰਿਜ਼ਲਟ? PR ਦਾ ਤਾਂ ਹਾਲੇ ਬਹੁਤ ਲੇਟ ਆ ਰਿਹਾ ਜੀ ਰਿਜ਼ਲਟ, ਹਾਲੇ ਟਾਈਮ ਲੱਗੇਗਾ। ਹੁਣ ਇਹ ਨਹੀਂ ਪਤਾ ਤੁਸੀਂ ਕਿਸ ਕੈਟਾਗਰੀ 'ਚ ਲਾਈ ਹੋਈ ਹੈ, PNP 'ਚ ਲਾਈ ਹੋਈ ਹੈ ਜਾਂ ਡਾਇਰੈਕਟ ਐਕਸਪ੍ਰੈਸ ਸੈਂਟਰ 'ਚ ਲਾਈ ਹੋਈ ਹੈ। ਸੋ ਡਿਪੈਂਡ ਕਰਦਾ, ਹਾਲੇ ਟਾਈਮ ਲੱਗ ਰਿਹਾ PR ਦੀਆਂ ਫਾਈਲਸ ਨੂੰ, ਹਾਲੇ ਸੁਨੀਤਾ ਜੀ ਤੁਹਾਨੂੰ ਵੇਟ ਕਰਨੀ ਜਿਹੜੀ ਪੈਣੀ ਹੈ। ਅਗਲਾ ਕਮੈਂਟ ਹੈ ਜੀ ਦਾ ਟਰੈਵਲਰ ਦਾ, ਲਿਖਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਸ਼ੈਨਿੰਗਨ ਟੂਰਿਸਟ ਵੀਜ਼ਾ ਅਪਲਾਈ ਕਰਨ ਵਾਸਤੇ ਕਿਹੜੀ ਕੰਟਰੀ ਬੈਸਟ ਹੈ ਜੀ ਇਸ ਟਾਈਮ? ਫੈਮਿਲੀ ਵੈਸੇ ਮੈਂ ਗ੍ਰੀਸ, ਨੀਦਰਲੈਂਡ, ਫਰਾਂਸ ਤੋਂ ਰਿਫਿਊਜ ਹਾਂ ਜੀ, ਅਤੇ ਇਸ ਟਾਈਮ ਮੈਂ ਜਿਹੜਾ ਹੈਗਾ ਇਸ ਟਾਈਮ ਬਿਜ਼ਨਸ ਕਰ ਰਿਹਾ ਜੀ। March 2020 ਮੰਥਲੀ ਬਿਜ਼ਨਸ ਰਿਟਰਨ ਵੀ ਜਾ ਰਹੀ ਹੈ। ਪਰਸਨਲ ਆਈ ਟੀ ਆਰ 3 ਸਾਲ ਦੀਆਂ ਹੈਗੀਆਂ ਨੇ, ਲਾਸਟ 6.5 ਲੱਖ ਦੀ ਹੈਗੀ ਹੈ। ਅਕਾਊਂਟ ਵਿੱਚ ਟ੍ਰਾਂਜੈਕਸ਼ਨ ਕਾਫੀ ਹੋ ਜਾਂਦੀਆਂ ਨੇ, ਬਟ ਬੈਲੈਂਸ 2-3 ਲੱਖ ਮੇਨਟੇਨ ਹੋ ਰਿਹਾ ਹੈ, ਕੀ ਚਾਂਸ ਨੇ ਜੀ ਸਪੋਂਸਰਸ਼ਿਪ ਦੇ? ਵਧੀਆ ਨੇ ਜੀ ਤੁਹਾਡੇ ਜਿਹੜੇ ਹੈਗੇ ਨੇ, ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਫਰਾਂਸ ਰਿਫਿਊਜ਼ ਹੋ, ਨੀਦਰਲੈਂਡ ਰਿਫਿਊਜ਼ ਹੋ, ਤਾਂ ਸਪੇਨ ਦਾ ਕਰ ਲਓ, ਸਪੇਨ ਰਿਜ਼ਲਟ ਵਧੀਆ ਦੇ ਰਿਹਾ ਹੈਗਾ। ਸੋ ਤੁਹਾਡੀ ITR ਵੀ ਅੱਛੀ ਹੈ,
ਅਤੇ ਪਹਿਲਾਂ ਹੁਣ ਪਤਾ ਨਹੀਂ ਕਿਹਨਾਂ ਰੀਜ਼ਨਾਂ ਕਰਕੇ ਤੁਹਾਡੀ ਜਿਹੜੀ ਪ੍ਰੋਫਾਈਲ ਲੱਗੀ ਹੋਏਗੀ, ਪਰ ਸਪੇਨ ਅਤੇ ਫਰਾਂਸ ਦੋ ਕੰਟਰੀਆਂ ਦਾ ਰਿਜ਼ਲਟ ਉਹ ਵਧੀਆ ਹੈ। ਬਾਕੀ ਜਿਹੜਾ ਓਵਰਆਲ ਦੇਖੀਏ ਜਿਹੜੀ ਹੋਰ ਕੰਟਰੀਆਂ ਜਿਵੇਂ ਸਵਿਟਜ਼ਰਲੈਂਡ ਰੱਜ ਕੇ ਰਿਫਿਊਜ਼ ਕਰਨ 'ਤੇ ਲੱਗਿਆ ਹੋਇਆ ਹੈਗਾ, ਹੋਰ ਕੰਟਰੀਆਂ ਵੀ ਜਿਵੇਂ ਨੀਦਰਲੈਂਡ ਵੀ ਰਿਫਿਊਜ਼ਲ ਜ਼ਿਆਦਾ ਦੇ ਰਿਹਾ ਹੈਗਾ। ਇਸ ਟਾਈਮ ਸਕਸੈਸ ਰੇਟ ਜੇ ਮਾੜਾ ਮੋਟਾ ਕਿਸੇ ਦਾ ਹੈਗਾ ਤਾਂ ਉਹ ਫਰਾਂਸ ਅਤੇ ਸਪੇਨ ਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਹੈ, ਬਾਕੀ ਦੋਸਤੋ ਦਾ ਰਿਜ਼ਲਟ ਹੈਗਾ ਉਹ ਚੰਗਾ ਨਹੀਂ ਆ ਰਿਹਾ। ਸੋ ਤੁਸੀਂ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬੜੇ ਸਾਰੇ ਲੋਕਾਂ ਦੇ ਸ਼ੈਨਿੰਗਨ ਨੂੰ ਲੈ ਕੇ ਸਾਨੂੰ ਸਵਾਲ ਹੁੰਦੇ ਨੇ ਕਿ ਸ਼ੈਨਿੰਗਨ ਦਾ ਜਿਹੜਾ ਹੈਗਾ ਵੀਜ਼ਾ ਕਿਵੇਂ ਅਪਲਾਈ ਕਰੀਏ ਜੀ, ਸ਼ੈਨਿੰਗਨ ਦਾ ਕੀ ਸਿਸਟਮ ਹੈਗਾ। ਮੈਂ ਪਹਿਲਾਂ ਵੀਡੀਓ ਵੀ ਬਣਾਈ ਸੀ ਕਿ ਸ਼ੈਨਿੰਗਨ ਜਿਹੜਾ ਇਸ ਟਾਈਮ ਵਧੀਆ ਰਿਜ਼ਲਟ ਨਹੀਂ ਦੇ ਰਿਹਾ, ਪਰ ਹਾਂ ਫਰਾਂਸ ਅਤੇ ਸਪੇਨ ਦੋ ਕੰਟਰੀਆਂ ਹੈਗੀਆਂ ਨੇ ਜਿੱਥੇ ਅਸੀਂ ਹੁਣ ਪਿੱਛੇ ਅਪਲਾਈ ਕੀਤਾ ਸੀਗਾ। ਕੁਛ ਬੰਦਿਆਂ ਦਾ ਰਿਫਿਊਜ਼ਲ ਆਈ ਹੋਈ ਸੀ ਪਰ ਅਸੀਂ ਫਰਾਂਸ ਦਾ ਵੀਜ਼ਾ ਅਪਲਾਈ ਕੀਤਾ ਆ ਗਿਆ, ਇੱਕ ਬੰਦਾ ਸੀ ਸਪੇਨ ਦਾ ਵੀਜ਼ਾ ਅਪਲਾਈ ਕੀਤਾ ਆ ਗਿਆ। ਸੋ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਜਿਵੇਂ ਤੁਹਾਡੀ ਜਿਵੇਂ ਦੇਖ ਰਿਹਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ 6.5 ਲੱਖ ਦੀ ਆਈ ਟੀ ਆਰ ਹੈ, ਜਿਵੇਂ ਤੁਹਾਡੀ ਪ੍ਰੋਫਾਈਲ ਅੱਛੀ ਹੈ ਜੀ, ਸੋ ਤੁਸੀਂ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ ਅਤੇ ਵੀਜ਼ਾ ਜਿਹੜਾ ਉਹ ਲੈ ਸਕਦੇ ਹੋ। ਦੋਸਤੋ ਕਿਸੇ ਵੀ ਕੰਟਰੀ ਦਾ ਵੀਜ਼ਾ ਹੋਵੇ, ਭਾਵੇਂ ਸ਼ੈਨੇਗਨ ਹੋਵੇ, ਕੈਨੇਡਾ ਹੋਵੇ, UK ਹੋਵੇ, ਆਸਟ੍ਰੇਲੀਆ ਹੋਵੇ, ਜਿਹੜਾ ਵੀਜ਼ਾ ਹੈਗਾ ਉਹ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਹੁੰਦਾ ਹੈ। ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਤੁਹਾਡੇ ਵੀਜ਼ੇ ਨੂੰ ਨਹੀਂ ਕੋਈ ਰੋਕਦਾ। ਅੰਬੈਸੀ ਤਾਂ ਇਹੀ ਦੇਖਦੀ ਹੁੰਦੀ ਹੈ ਕਿ ਤੁਹਾਡੇ ਇਸ ਤਰ੍ਹਾਂ ਦੇ ਤੁਹਾਡੇ ਕਿੰਨੇ ਪ੍ਰਸੈਂਟ ਚਾਂਸਿਸ ਨੇ, ਤੁਹਾਡੀ ਐਵੇਂ ਦੀ ਕਿੰਨੇ ਦੀ ਵਧੀਆ ਪ੍ਰੋਫਾਈਲ ਹੈ ਕਿ ਤੁਹਾਡਾ ਵੀਜ਼ਾ ਜਿਹੜਾ ਉਹ ਆਵੇਗਾ। ਸੋ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ 'ਤੇ। ਸੋ ਤੁਸੀਂ ਸਪੇਨ ਅਪਲਾਈ ਕਰ ਲਿਓ, ਵੀਜ਼ਾ ਜਿਹੜਾ ਆ ਸਕਦਾ ਹੈ। ਸੋ ਦੋਸਤੋ ਇਹ ਸੀਗੇ ਤੁਹਾਡੇ ਕਮੈਂਟਸ ਅਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮੈਨੂੰ ਇੰਸਟਾ 'ਤੇ ਫੋਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ, ਅਤੇ ਆਪਣਾ ਤੁਸੀਂ ਕੇਸ ਡਿਸਕਸ ਕਰਨ ਲਈ, ਕੇਸ ਅਪਲਾਈ ਕਰਨ ਲਈ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਕਾਲ 'ਤੇ ਨੰਬਰ 'ਤੇ ਕਾਲ ਕਰਕੇ ਮੈਨੂੰ ਅਤੇ ਮੇਰੀ ਟੀਮ ਨੂੰ ਸੰਪਰਕ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।